ਕਿ ਬਾਅਦ 'ਚ ਸਰ ਨੇ ਪਹਿਲੇ ਮੈਨੂੰ ਮਾਰਿਆ, ਫਿਰ ਉਸ ਤੋਂ ਬਾਅਦ ਸਰ ਦੇ ਹੱਥੋਂ ਪਈ ਹੋਏ ਨੇ, ਸਰ ਨੂੰ ਬਹੁਤ ਮਾਰਿਆ ਵਾ ਉਹਨਾਂ ਨੇ। ਅਤੇ ਇੱਕ ਬਾਅਦ ਵਿੱਚ ਉਹਨਾਂ ਨੇ ਜਿਹੜਾ ਸਮਾਨ ਸੀਗਾ ਉਹ ਸਾਰਾ ਸਾਡਾ ਇੱਕ ਪੈਕਟ ਵਿੱਚ ਪੈਕ ਕਰਕੇ ਸਾਰਾ ਕੁਝ ਲੈ ਗਏ ਨੇ, ਅੱਧਾ ਸਮਾਨ ਦੀ ਤੋੜ ਭੰਨ ਕਰਕੇ ਗਏ ਨੇ। ਅਤੇ ਇੱਕ ਮੇਰੇ ਇੱਥੋਂ ਗਲੇ ਤੋਂ ਫੜਿਆ ਸੀਗਾ, ਗਲੇ ਤੋਂ ਫੜ ਕੇ ਅਤੇ ਮੇਰਾ ਹੱਥ ਮਰੋੜ ਕੇ ਮੇਰਾ ਫੋਨ ਵੀ ਲੈ ਕੇ ਗਏ ਸੀਗੇ। ਕਿੰਨੇ ਵਜੇ ਟਾਈਮ ਸੀ? ਇਹ ਹੈਗਾ ਸੀ 2:15 ਵਜੇ ਦਾ। ਇਸ ਵਿੱਚ ਕਿੰਨੇ ਬੰਦੇ ਗਏ ਸੀ? ਉਹ ਹੈਗੇ ਸੀ 15-20 ਬੰਦੇ ਸੀਗੇ ਸਰ। ਤੁਹਾਡੇ ਵੱਲੋਂ ਕੋਈ ਦਰਖਾਸਤ ਵਗੈਰਾ ਦਿੱਤੀ ਕਿਸੇ ਅੱਗੇ ਥਾਣੇ ਵਿੱਚ? ਦਿੱਤੀ ਹੈ BDV ਥਾਣੇ ਦੇ ਵਿੱਚ। ਕੀ ਕਾਰਵਾਈ ਹੋਈ? ਕੀ ਕਾਰਵਾਈ? ਕੋਈ ਕਾਰਵਾਈ ਨਹੀਂ ਹੋਈ ਹਜੇ ਤੱਕ, 4 ਦਿਨ ਹੋ ਗਏ ਨੇ, ਕੋਈ ਕਾਰਵਾਈ ਨਹੀਂ ਹੋਈ। ਕੀ ਮੰਗ ਕਰਦੇ? ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ। कहते हैं मठ चलाने या शायरी करने और सरकार चलाने में बहुत अंतर होता है। किसी सूबे को चलाना बच्चों का खेल नहीं है जिसे हर कोई चला सके। ये कहावत पूरी तरह फिट बैठती है भारत के कुछ प्रदेशों के हालात पर। फिलहाल हम बात कर रहे हैं पंजाब की। पंजाब में लॉ एंड ऑर्डर का लगातार सफाया होता जा रहा है। सरेआम हत्या, लूट, किडनैपिंग, गोलीबारी जैसे क्राइम आम बात बन चुके हैं। पंजाब में क्रिमिनल्स का इकबाल दिन ओ दिन बुलंद हो रहा है और भगवंत की पुलिस अपना इकबाल लगातार खोती जा रही है। हद तो तब हो गई जब एक मीडिया हाउस में घुसकर मारपीट, तोड़फोड़ और महिला कर्मी से बदसलूकी किए जाने की शिकायत पर भी अमृतसर पुलिस हरकत में नहीं आई। मामला गुरु नगरी अमृतसर का है। अमृतसर के थाना बी डिवीजन के इलाका SCO-2 के अकाली फूला सिंह रोड पर लक्ष्मी मार्केट में लगभग 6 साल से मीडिया कर्मी हरदेव सिंह प्रिंस का दफ्तर है। आरोप है कि गुजरे शनिवार को बिल्डिंग मालिक के परिवार के लोग 8-10 लोगों के साथ दफ्तर में घुस आए और तोड़फोड़ करने लगे। आरोप है कि हमलावरों ने हरदेव सिंह और उनके कर्मचारियों को पीटा। इतना ही नहीं, हमलावरों ने ऑफिस की महिला कर्मी से न सिर्फ मारपीट और बदसलूकी की बल्कि महिला कर्मी की जाति पर भी बदजुबानी की। कंप्यूटर, फाइलें आदि सामान बाहर फेंका। आरोप है कि पुलिस से शिकायत की तब थाना पुलिस के कान तले जूं तक नहीं रेंगी। एमएआर जी के मैं तकरीबन 6-7 साल तक ऑफिस किराए ते लिया सी जसविंदर सिंह कोलों तंदूर वाले चौंक च SOC-2 मार्केट अपना लक्ष्मी मार्केट दे विच। ते प्रॉपर मैं किराया वगैरह दे रहा सी ते सिर्फ 1 महीने का किराया पेंडिंग सी, गूगल पे किराया पे कर रहा सा। ते शनिवार तकरीबन लड़की मेरे को काम करदी पूजा, वह बैठी सी, मेरी दीदी आई सी रजविंदर कोल, वह बैठे सी नाल भाजी सी। ते 1:15-2 बजे बूहा खड़किया, कुड़िया ने बूहा खोलिया वा ते आउंदिया ही 5-7 बंदे जिहड़े अंदर आ गए आ, ਕੋਈ ਗੱਲ ਨਹੀਂ ਕੀਤੀ, ਬਾਤ ਨਹੀਂ ਕੀਤੀ। ਆਉਂਦੇ ਕੱਪੜੇ ਮਤਲਬ ਸੋਰੀ ਆਪਣਾ ਜਿਹੜਾ ਕੁਰਸੀਆਂ ਵਗੈਰਾ ਬਾਹਰ ਸੁੱਟੀਆਂ ਸ਼ੁਰੂ ਕਰਤੀਆਂ ਕੁੜੀਆਂ ਨੂੰ। ਮੈਂ ਪੁੱਛਿਆ ਤਾਂ ਮੇਰੀ ਵੀ ਕਾਫੀ ਮਾਰਕਟਾਈ ਕੀਤੀ ਆ ਅਤੇ ਸਾਰੇ ਸਟਾਫ ਦੀ ਮਾਰਕਟਾਈ ਕੀਤੀ। ਅਤੇ ਤਕਰੀਬਨ ਦੀਦੀ ਕੋਲੋਂ ਮੇਰਾ ਮੀਟਰ ਕੱਟਿਆ ਸੀ ਅਤੇ ਉਹ ਪੈਸੇ ਮੰਗਾਏ ਸੀ, ਮੈਂ 30,000 1 ਸੀ, 15,000 1 ਪਿਆ ਸੀ ਅਤੇ ਉਹ ਵੀ ਲੈ ਕੇ ਕੱਢ ਕੇ। ਅਤੇ ਉਸ ਤੋਂ ਬਾਅਦ ਜਾਤੀ ਸੂਚਕ ਲਫਜ਼ੀ ਕੁੜੀ ਨੂੰ ਆਖੇ, ਬਾਅਦ 'ਚ ਮੈਨੂੰ ਦੱਸਿਆ ਉਹਨੇ ਵੀ ਇੱਦਾਂ ਕਹਿੰਦਾ ਸੀ ਵੀ ਕੁੱਤੇ ਚੂੜੇ ਸਾਡੇ ਦਫ਼ਤਰ ਬੈਠੇ ਆ। ਅਤੇ ਕੁੜੀ ਨਾਲ ਵੀ ਬਦਤਮੀਜ਼ੀ ਕੀਤੀ, ਉਹਦਾ ਫੋਨ ਵੀ ਤੋੜਿਆ ਖੋਇਆ ਵਾ। ਅਤੇ ਜਦੋਂ ਇਹ ਸਭ ਘਟਨਾਕ੍ਰਮ ਹੋਇਆ, ਮੇਰਾ ਮੋਬਾਈਲ, ਮੇਰੀ ਗੱਡੀ ਦੀ ਮੋਟਰਸਾਈਕਲ ਦੀ ਚਾਬੀ ਵਗੈਰਾ ਸਭ ਕੁਝ ਅੰਦਰ ਹੀ ਸੀ। ਅਤੇ ਜਦੋਂ ਮੈਂ ਮੋਬਾਈਲ ਕੁੜੀ ਨੇ ਮੈਨੂੰ ਲਿਆ ਕੇ ਫੜਾਇਆ ਅਤੇ ਮੇਰੇ ਮੋਬਾਈਲ ਦੀ ਡਿਸਪਲੇ ਵੀ ਟੁੱਟੀ ਪਈ ਸੀ, ਫੋਨ ਹੀ ਮੇਰਾ ਤੋੜਿਆ। ਇਹਨਾਂ ਨੇ ਕੀ ਕੀਤਾ ਕਿ ਆਣ ਕੇ ਕਹਿੰਦੇ ਆ, ਜਦੋਂ ਮੈਂ ਮੌਕੇ 'ਤੇ ਪੁਲਿਸ ਸੱਦੀ ਤਾਂ ਕਹਿੰਦੇ ਅਸੀਂ ਦਫ਼ਤਰ ਖਰੀਦ ਲਿਆ ਵਾ। ਮੈਂ ਇੱਕ ਚੀਜ਼ ਕਹਿੰਦਾ ਕਿ ਅਗਰ ਦਫ਼ਤਰ ਖਰੀਦ ਵੀ ਲਿਆ ਵਾ ਤਾਂ ਮਾਲਕ ਦਾ ਫਰਜ਼ ਬਣਦਾ ਸੀ ਮੇਰੇ ਕੋਲ ਆਉਂਦਾ,
ਵੀ ਕਹਿੰਦਾ ਕਿ ਮੈਂ ਦਫ਼ਤਰ ਭਾਈ ਸਾਹਿਬ ਵੇਚਤਾ ਅਤੇ ਮੈਨੂੰ ਇੰਨੇ ਦਿਨ ਤੋਂ ਖਾਲੀ ਤਰੀਕ ਕਰ ਦਿਉ, ਮੈਂ ਖਾਲੀ ਕਰ ਦਿੰਦਾ। ਆਉਂਦਿਆਂ ਹੀ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਜਿਸ ਬੰਦੇ ਨੇ ਮਾਰਕੀਟਿੰਗ ਕੀਤੀ ਉਹ ਮਾਲਕ ਦਾ ਬੇਟਾ ਵਾ, ਅਤੇ ਉੱਥੇ ਇੱਕ ਸ਼ਮਸ਼ੇਰ ਸਿੰਘ ਨਾਂ ਦਾ ਬੰਦਾ ਵਾ ਜਿਹੜਾ ਕਹਿੰਦਾ ਸੀ ਕਿ ਮੈਂ ਔਫਿਸ ਖਰੀਦ ਲਿਆ ਵਾ। ਹੁਣ ਇਹਨਾਂ ਨੇ ਮਤਲਬ ਮੇਰਾ ਸਮਾਨ ਕੰਪਿਊਟਰ ਵਗੈਰਾ ਲੈ ਗਏ ਆ, LED ਇੱਕ ਨਾਲ ਲੈ ਗਏ, ਇੱਕ LED ਤੋੜ ਗਏ ਆ, ਅਤੇ ਹੋਰ ਵੀ ਕਾਫੀ ਜਿਹੜਾ ਸਮਾਨ ਆ ਅਤੇ ਉਹ ਮਤਲਬ ਜਿਹੜਾ ਖੁਰਦ ਬੁਰਦ ਕਰ ਗਏ ਆ। ਅਤੇ ਬਸ ਹੁਣ ਮੇਰੀ ਪ੍ਰਸ਼ਾਸਨ ਤੋਂ ਇਹੋ ਮੰਗ ਆ ਕਿ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ, ਇਹਨਾਂ ਨੇ ਮੇਰੇ 'ਤੇ ਕੁਛ ਥਾਣੇ ਦੇ ਵਿੱਚ ਇਹ ਨਿਰਾਧਾਰ ਬਲੇਮ ਲਾਏ ਆ ਕੋ ਨਸ਼ਾ ਵੇਚਣ ਦੇ ਕਰਨ ਦੇ। ਮੈਂ ਤਾਂ ਮਾਣਿਓ ਕੈਸਰ ਸਾਹਿਬ ਨੂੰ ਆਖਿਆ ਵਾ ਅਗਰ ਮੇਰੀ ਗਲਤੀ ਨਿਕਲਦੀ ਹੈ ਮੇਰੇ 'ਤੇ ਕਾਰਵਾਈ ਕਰ ਦਿਓ, ਨਹੀਂ ਤਾਂ ਅਸੀਂ ਪ੍ਰੂਫ ਦਿੱਤੇ ਆ, ਸਾਡੇ ਦਫ਼ਤਰ ਭੰਨ ਤੋੜ ਹੋਈ ਆ, ਅਤੇ ਜੋ ਇਹਨਾਂ ਦੀ ਬਣਦੀ ਕਾਰਵਾਈ ਆ ਉਹ ਅਮਲ 'ਚ ਲਿਆਂਦੀ ਜਾਵੇ।